ਰਾਧੇ 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 ਜੈ ਸ਼੍ਰੀ ਰਾਧੇ 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 ਜੈ ਸ਼੍ਰੀ ਰਾਧੇ 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 ਜੈ ਸ਼੍ਰੀ ਰਾਧੇ ਸ਼ਾਮ ਸ਼ਾਮ ਰਾਧੇ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਧੇ ਬੋਲੋ ਕ੍ਰਿਸ਼ਨ ਭਗਵਾਨ ਕੀ ਜੈ ਜੈ ਬਸ ਜੇ ਡੇਲੀ ਦੀ ਤਰ੍ਹਾਂ ਇਸ਼ਨਾਨ ਕਰਾਇਆ, ਭੋਗ ਲਗਾਇਆ, ਜਦੋਂ ਦੇਖਿਆ ਠਾਕੁਰ ਜੀ ਦੁੱਧ ਪੀ ਰਹੇ ਸੀਗੇ, ਬੱਚੇ ਨੂੰ ਆਵਾਜ਼ ਲਗਾਈ। ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ? ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਜਿਸ ਸਮੇਂ ਮੇਰੇ ਘਰ ਸਾਕਸ਼ਾਤ ਭਗਵਾਨ ਜੀ ਆ ਗਏ। ਕਿਵੇਂ ਸੀਗੇ ਜਾਂ ਆਮ ਲੋਕਾਂ ਤੋਂ ਸੁਣਦੇ ਸੀਗੇ ਜਾਂ ਆਪਾਂ ਦੇਖਦੇ ਸੀ? ਮੈਂ ਇੱਕ ਵਾਰੀ ਬਸ ਇਹਨਾਂ ਦੇ ਪੂਰਨ ਕੇ ਸ਼ਿਬੂ ਕੇ ਪੀਤਾ ਸੀਗਾ, ਉਹ ਵੀਡੀਓ ਜ਼ਰੂਰ ਦੇਖੀ ਹੈਗੀ। ਵੈਸੇ ਨਹੀਂ ਸੁਣਿਆ, ਐਂ ਸੁਣਿਆ ਜ਼ਰੂਰ ਹੈ ਵੀ ਭੋਗ ਲਗਾਉਂਦੇ ਨੇ, ਇਹ ਨਹੀਂ ਪਤਾ ਵੀ ਕਦੋਂ। ਤੁਸੀਂ ਆਪਣੇ ਹੱਥ ਨਾਲ ਪ੍ਰਸ਼ਾਦ ਲਗਾਇਆ? ਹਾਂਜੀ, ਐਕਸਾਈਟਮੈਂਟ। ਪਹਿਲਾਂ ਮੈਂ ਆਪਣੇ ਹੱਥ ਨਾਲ ਹੀ ਭੋਗ ਲਗਾ ਰਹੀ ਸੀ ਨਾ, ਜਦੋਂ ਦੇਖਿਆ ਕ੍ਰਿਸ਼ਨ ਲੋਕ ਪਹੁੰਚ ਰਹੇ ਨੇ ਹੁਣ ਪ੍ਰਸ਼ਾਦ ਲਵਾਉਣ ਲਈ। ਹਾਂਜੀ, ਬਹੁਤ ਖੁਸ਼ੀ ਹੋ ਰਹੀ ਹੈ। ਦੇਖੋ ਜੀ, ਇਹ ਗੱਲ ਹੁੰਦੀ ਹੈ ਸ਼ਰਧਾ ਦੀ। ਕਈ ਲੋਕ ਹੁਣ ਇਸ ਚੀਜ਼ ਨੂੰ ਕਹਿਣਗੇ ਕਿ ਨਹੀਂ, ਇਹ ਤਾਂ ਇੱਕ ਪੱਥਰ ਦੀ ਮੂਰਤੀ ਹੈ, ਵੀ ਨਹੀਂ ਦੁੱਧ ਨਹੀਂ ਪੀ ਰਹੇ ਹੈਗੇ, ਇਹਨਾਂ ਦੀ ਪੋਸ਼ਾਕ ਦੇ ਵਿੱਚ ਦੁੱਧ ਜਾ ਰਿਹਾ ਹੋਣਾ, ਜਾਂ ਫਿਰ ਕਹਿਣਗੇ ਕਿ ਮੂਰਤੀ ਦੇ ਵਿੱਚ ਕੋਈ ਸੁਰਾਖ ਹੋਣਾ। ਪਰ ਲੇਕਿਨ ਅਸੀਂ ਆਪਦੀ ਅੱਖੀ ਦੇਖਿਆ, ਸਾਨੂੰ ਤਕਰੀਬਨ ਘੰਟਾ ਹੋ ਗਿਆ ਇੱਥੇ ਖੜਿਆਂ ਨੂੰ। ਮੇਰੇ ਖਿਆਲ ਹੈ ਕਿ 2-2.5 ਕਿਲੋ ਦੁੱਧ ਜਿਹੜਾ ਠਾਕੁਰ ਜੀ ਪੀ ਗਏ ਨੇ, ਜਿਹੜੇ ਸੰਗਤਾਂ ਨੇ ਦੂਰੋਂ ਦੂਰੋਂ ਆ ਕੇ, ਜਿਹੜੇ ਹੁਣ ਕਲੋਨੀ ਦੇ ਵਿੱਚ, ਵਿਕਟੋਰੀਆ ਕਲੋਨੀ ਦੇ ਵਿੱਚ ਬੰਸਲ ਪਰਿਵਾਰ ਦੇ ਵਿੱਚ ਜੋ ਠਾਕੁਰ ਜੀ ਬਿਰਾਜਮਾਨ ਨੇ, ਸੋ ਜੋ ਦੁੱਧ ਨੇ ਉਹ ਚਮਚ ਦੇ ਨਾਲ ਪੀ ਰਹੇ ਨੇ ਠਾਕੁਰ ਜੀ। ਅਸੀਂ ਵੀ ਆਪਦੇ ਅੱਖੀ ਜਿਹੜਾ ਦੇਖਿਆ ਹੈਗਾ, ਆਪਦੇ ਹੱਥੀਂ ਦੁੱਧ ਪਿਲਾਇਆ ਠਾਕੁਰ ਜੀ ਨੂੰ। ਸਾਰੀ ਕਲੋਨੀ ਦੇ ਵਿੱਚ ਸੰਗਤਾਂ 'ਚ ਇੰਨਾ ਉਤਸ਼ਾਹ ਪਾਇਆ ਜਾ ਰਿਹਾ ਕਿ ਠਾਕੁਰ ਜੀ ਜਿਹੜੇ ਬਿਰਾਜਮਾਨ ਹੋਏ ਨੇ, ਸਾਕਸ਼ਾਤ ਠਾਕੁਰ ਜੀ ਅੱਜ ਇਸ ਪਰਿਵਾਰ ਦੇ ਉੱਪਰ ਜਿਹੜਾ ਆਪਣਾ ਆਸ਼ੀਰਵਾਦ ਹੈ ਉਹ ਦੇ ਰਹੇ ਨੇ। ਔਰ ਸੰਗਤਾਂ ਵੀ ਬਹੁਤ ਖੁਸ਼ ਨੇ, ਕਿਉਂਕਿ ਦੇਖਿਆ ਅਸੀਂ ਨੇ ਕਿ ਜਿਹੜਾ 2-2.5 ਕਿਲੋ ਦੁੱਧ ਹੈਗਾ ਸੰਗਤਾਂ ਨੇ ਆਪਦੇ ਹੱਥੀਂ ਪਿਲਾਇਆ, ਪਰ ਲੇਕਿਨ ਉੱਥੇ ਕੁਛ ਵੀ ਇਸ ਤਰ੍ਹਾਂ ਦਾ ਨਹੀਂ ਦੇਖਿਆ ਗਿਆ ਹੈਗਾ ਕਿ ਦੁੱਧ ਦੀ ਇੱਕ ਬੂੰਦ ਵੀ ਬਾਹਰ ਜਾ ਰਹੀ ਹੋਵੇ। ਚਮਚ ਦੁੱਧ ਠਾਕੁਰ ਜੀਆਂ ਦੇ ਮੂੰਹ ਦੇ ਉੱਪਰ ਲਾਉਣ ਦੇ ਨਾਲ ਹੀ ਜਿਹੜਾ ਠਾਕੁਰ ਜੀ ਜਿਹੜਾ ਦੁੱਧ ਨੇ ਉਹ ਜਿਹੜਾ ਅਰਪਣ ਕਰਾ ਰਹੇ ਹੈਗੇ ਨੇ ਸੰਗਤਾਂ ਤੋਂ, ਬਹੁਤ ਖੁਸ਼ੀ ਪਾਈ ਜਾ ਰਹੀ ਹੈ। ਸੋ ਜਿਵੇਂ ਕਹਿੰਦੇ ਨੇ ਕਿ ਧੰਨੇ ਜੱਟ ਨੇ ਜਿਹੜਾ ਪੱਥਰਾਂ ਦੇ ਵਿੱਚੋਂ ਭਗਵਾਨ ਨੂੰ ਪਾ ਲਿਆ ਸੀਗਾ, ਉਹ ਅੱਜ ਇਹ ਕਹਾਵਤ ਜਿਹੜੀ ਹੈਗੀ ਕਲਯੁੱਗ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਠਾਕੁਰ ਜੀ ਨੇ ਜਿਹੜਾ ਇਹ ਦੁੱਧ ਪੀ ਕੇ ਚਮਤਕਾਰ ਕੀਤਾ ਹੈਗਾ, ਇਹਦੇ ਨਾਲ ਜਿਹੜੀ ਹਿੰਦੂ ਧਰਮ ਦੇ ਵਿੱਚ ਆਸਥਾ ਹੈਗੀ ਉਹ ਹੋਰ ਵੀ ਅੱਗੇ ਵਧੇਗੀ। ਬੋਲ ਸ਼੍ਰੀ ਕ੍ਰਿਸ਼ਨ ਭਗਵਾਨ ਕੀ ਜੈ। ਦੇਖਿਆ ਅੱਜ ਬਹੁਤ ਵਧੀਆ ਚਮਤਕਾਰ ਦੇਖਿਆ ਜੀ, ਇਹ ਸਿਰਫ ਇੱਕ ਵਾਰ ਨਹੀਂ ਹੋਇਆ, ਦਰਵੇ 'ਚ ਪਹਿਲਾਂ ਵੀ ਬਹੁਤ ਵਾਰ ਹੋ ਚੁੱਕਿਆ। ਸਾਡੇ ਤੋਂ ਥੋੜ੍ਹਾ ਜਿਹਾ ਟਾਈਮ ਪਹਿਲਾਂ ਮਨੋਜ ਬਾਗਲੀ ਦੇ ਕਰੇ ਵੀ ਉੱਥੇ ਹੀ ਹੋਇਆ, ਉੱਥੇ ਵੀ ਲੱਡੂ ਗੋਪਾਲ ਨੇ ਦੁੱਧ ਪੀਤਾ, ਉਸ ਤੋਂ ਪਹਿਲਾਂ ਵੀ ਬਹੁਤ ਵਾਰ ਹੋ ਚੁੱਕਿਆ। ਲੱਡੂ ਗੋਪਾਲ ਜੀ ਦਾ ਦੁੱਧ ਪੀਣਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਸਾਕਸ਼ਾਤ ਪਰਮਾਤਮਾ ਨੇ ਹੈਗੇ ਨੇ, ਕਲਯੁੱਗ ਦੇ ਦੇਵਤਾ ਨੇ, ਜੋ ਕਲਯੁੱਗ ਦੇ ਦੇਵਤਾ ਨੇ ਇਹਨਾਂ ਨੂੰ ਮੰਨਣਾ ਨਾ ਮੰਨਣਾ ਇੱਕ ਵੱਖਰੀ ਚੀਜ਼ ਹੈ, ਪਰ ਲੱਡੂ ਗੋਪਾਲ ਜੀ ਆਪਣੇ ਘਰਾਂ 'ਚ ਜਦੋਂ ਆ ਜਾਂਦੇ ਨੇ ਤਾਂ ਇੱਕ ਸਾਕਸ਼ਾਤ ਪਰਮਾਤਮਾ ਜੀ ਆਉਂਦੇ ਨੇ। ਕਈ ਵਾਰ ਕੀ ਹੁੰਦਾ ਕਿ ਆਪਾਂ ਨਹੀਂ ਮੰਨਦੇ, ਕੁਛ ਕੁ ਬੁੱਧੀ
ਜੀ ਹੁਣ ਜੇ ਕਹਿੰਦੇ ਨਹੀਂ ਇਹ ਤਾਂ ਇੱਕ ਮੂਰਤੀ ਹੈ ਜਾਂ ਇੱਕ ਪਿੱਤਲ ਦੀ ਹੈ ਜਾਂ ਪੱਥਰ ਦੀ ਹੈ ਕੁਛ ਨਹੀਂ ਹੈ ਜਦੋਂ ਡੱਡੂ ਗੋਪਾਲ ਜੀ ਨੂੰ ਆਪਾਂ ਸਵੇਰੇ ਨਵਾਉਂਦੇ ਹਾਂ ਇਸ਼ਨਾਨ ਕਰਵਾਉਂਦੇ ਹਾਂ ਸ਼ਿੰਗਾਰ ਕਰਦੇ ਹਾਂ ਡੇਲੀ ਡਰੈਸਾਂ ਬਦਲਦੇ ਹਾਂ ਰਾਤ ਨੂੰ ਚਲਾਉਂਦੇ ਹਾਂ ਉਹ ਆਪਣਾ ਬੱਚਾ ਹੁੰਦਾ ਬੱਚੇ ਨੂੰ ਬੱਚੇ ਵਾਂਗ ਵਰਤਾਂਗੇ ਤਾਂ ਬੱਚਾ ਬੱਚਾ ਹੀ ਹੈ ਉਹ ਬੋਲਦੇ ਵੀ ਨੇ ਉਹ ਖਾਂਦੇ ਵੀ ਨੇ ਸਾਡੀਆਂ ਮੁਸ਼ਕਿਲਾਂ ਵੀ ਹੱਲ ਕਰਦੇ ਨੇ ਸਾਡੇ ਘਰ ਵੀ ਆਉਂਦੇ ਨੇ ਇਹ ਤਾਂ ਕੁਛ ਉਹਨਾਂ ਨੂੰ ਪੁੱਛੇ ਜਾਂ ਕਰਨਾ ਪੈਂਦਾ ਤਾਂ ਕਿ ਲੋਕਾਂ 'ਚ ਜਾਗਰੂਕਤਾ ਹੋਵੇ ਕਲਯੁੱਗ ਦੇ ਵਿੱਚ ਇਹ ਦੱਸਦੇ ਨੇ ਵੀ ਅਸੀਂ ਹੈਗੇ ਹਾਂ ਸਾਨੂੰ ਗਿਆਨ ਦੇਣ ਖਾਤਰ ਉਹ ਕਰਦੇ ਨੇ ਅਦਰਵਾਈਜ਼ ਉਹ ਸਾਡੇ ਨਾਲ 24 ਘੰਟੇ ਹੈਗੇ ਨੇ 24 ਘੰਟੇ ਸਾਡੇ ਨਾਲ ਖਾਣ ਪੀਣ ਕਰਦੇ ਨੇ ਸਾਡੇ ਨਾਲ ਰਹਿੰਦੇ ਨੇ ਸਾਡੇ ਨਾਲ ਗੱਲਾਂ ਕਰਦੇ ਨੇ ਸਾਡੀ ਮੁਸ਼ਕਿਲਾਂ ਦਾ ਹੱਲ ਡੱਡੂ ਗੋਪਾਲ ਜੀ ਕਰਦੇ ਕੀ ਲੱਗਦਾ ਸੰਗਤਾਂ ਦਾ ਕਿੰਨਾ ਕੁ ਹੁਣ ਉਤਸ਼ਾਹ ਜਿਹੜਾ ਇੱਥੇ ਦੇਖ ਬਹੁਤ ਉਤਸ਼ਾਹ ਜੀ ਜਦੋਂ ਕੱਲ੍ਹ ਡੱਡੂ ਗੋਪਾਲ ਜੀ ਆਏ ਨੇ ਇੱਕ ਉਹ ਲੋਕ ਵੀ ਆ ਰਹੇ ਨੇ ਜਿਹੜੇ ਪਰਮਾਤਮਾ ਨੂੰ ਨਹੀਂ ਮੰਨਦੇ ਕਲਯੁੱਗ ਜੋ ਕਹਿੰਦੇ ਵੀ ਨਹੀਂ ਹੈ ਕੁਛ ਵੀ ਨਹੀਂ ਦੇਖੋ ਪਰਿਵਾਰ ਨੂੰ ਖੁਸ਼ੀ ਹੋਣਾ ਇੱਕ ਵੱਖਰੀ ਚੀਜ਼ ਹੈ ਉਹਨਾਂ ਦਾ ਸਾਕਸ਼ਾਤ ਪਰਮਾਤਮਾ ਪਹਿਲਾਂ ਵੀ ਆ ਚੁੱਕਿਆ ਜੀ ਅੱਜ ਦੁਬਾਰਾ ਕਿੰਨਾ ਕੁ ਦੁੱਧ ਪੀ ਗਏ ਨੇ ਹੁਣ ਬਹੁਤ ਦੁੱਧ ਪੀ ਚੁੱਕੇ ਨੇ ਜੀ ਪੀਣ ਲੱਗ ਰਹੇ ਨੇ ਪੀਣਗੇ ਜੀ ਜਿੰਨੀ ਉਹਨਾਂ ਦੀ ਇੱਛਾ ਹੋਊ ਜੋ ਪਰਮਾਤਮਾ ਨੇ ਜੋ ਸੋਚਿਆ ਜਿੰਨਾ ਕਰਨਾ ਜੋ ਆਮਦਨ ਸੋਚਿਆ ਉਹਨਾਂ ਨੇ ਉਹਨੂੰ ਲੈਣੀ ਲੈਣੀ ਦੇਖੋ ਚਮਤਕਾਰ ਦੇਖਣ ਨੂੰ ਮਿਲਿਆ ਠਾਕਰ ਜੀ ਜਿਹੜੇ ਦੁੱਧ ਪੀ ਰਹੇ ਨੇ ਵੈਸੇ ਤਾਂ ਕਹਿੰਦੇ ਨੇ ਕਿ ਸ਼ੰਕਰ ਭਗਵਾਨ ਭੋਲੇ ਭਾਲੇ ਨੇ ਪਰ ਅੱਜ ਦੇਖ ਕੇ ਲੱਗਦਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੀ ਜੋ ਇਹਨਾਂ ਨੂੰ ਪਿਆਰ ਦੇ ਨਾਲ ਆਪਣੇ ਘਰ ਦੇ ਵਿੱਚ ਬੁਲਾਉਂਦਾ ਤਾਂ ਜ਼ਰੂਰ ਆਉਂਦੇ ਨੇ ਦਰਸ਼ਨ ਦਿੰਦੇ ਨੇ ਜਿੱਦਾਂ ਦਾ ਕੋਈ ਭੋਗ ਲਗਾਉਂਦਾ ਤਾਂ ਭਗਵਾਨ ਭੋਜਨ ਜ਼ਰੂਰ ਗ੍ਰਹਿਣ ਕਰਦੇ ਨੇ ਜਿੱਦਾਂ ਕਿ ਅੱਜ ਤੁਸੀਂ ਦੇਖਿਆ ਕਿ ਬੰਸਲ ਸਾਹਿਬ ਦੇ ਘਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਕਿੱਦਾਂ ਦੁੱਧ ਪੀਤਾ ਸਾਰੀਆਂ ਸੰਗਤਾਂ ਨੇ ਆ ਕੇ ਦੁੱਧ ਪਿਲਾਇਆ ਬੜੇ ਹੀ ਪਿਆਰ ਦੇ ਨਾਲ ਸਾਰਿਆਂ ਨੇ ਦੁੱਧ ਪਿਲਾਇਆ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦੁੱਧ ਪੀਤਾ ਸੰਗਤਾਂ ਦਾ ਬੜਾ ਉਤਸ਼ਾਹ ਹੈ ਜੀ ਲਾਈਨ ਲੱਗ ਰਹੀ ਹੈ ਸਾਰੀ ਕਲੋਨੀ ਵਿਕਟੋਰੀਆ ਕਲੋਨੀ ਦੇ ਵਿੱਚ ਬੜੀ ਲਾਈਨ ਲੱਗ ਰਹੀ ਹੈ ਸਾਰੇ ਪਿਆਰ ਦੇ ਨਾਲ ਉਸ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਭੋਗ ਲਗਾ ਰਹੇ ਹਾਂ।